ਬਾਹਰ ਨਾਗਾਲੈਂਡ ਪੋਸਟਿੰਗ ਹੋਈ ਉਦੋਂ ਟੈਲੀਫੋਨ 'ਤੇ ਇੰਸਟਰਕਸ਼ਨ ਦੇ ਕੇ ਜ਼ਰੂਰ ਖੇਤੀ ਕਰਵਾਈ ਦੀ ਸੀਗੀ ਵੀ ਮੈਂ ਕਿੰਨੇ ਸਾਲਾਂ ਤੋਂ ਜੀਰੀ ਦੇ ਜਿਹੜਾ ਲਾਣ ਹੈ ਉਹਨੂੰ ਅੱਗ ਨਹੀਂ ਲਾਉਂਦਾ। ਓਕੇ, ਜਿਵੇਂ ਹੁਣ ਸਾਡੇ ਆਮ ਤੌਰ 'ਤੇ ਧਾਰਨਾ ਚੱਲੀ ਹੋਈ ਹੈ ਕਿ ਜੇ ਫਲਾਣੇ ਨੇ ਢੋਲੀ ਚੱਕ ਲਈ ਸਪਰੇ ਕਰਾ ਰਿਹਾ ਤਾਂ ਆਪਾਂ ਵੀ ਕਰਾ ਦਈਏ, ਚਾਹੇ ਮੇਰੀ ਫਸਲ ਬਿਲਕੁਲ ਤੰਦਰੁਸਤ ਹੈ। ਕਿਸਾਨ ਭੈਣ ਭਰਾਵਾਂ ਨੂੰ ਮੇਰੇ ਪਿਆਰ ਭਰੀ ਸਤਿ ਸ਼੍ਰੀ ਅਕਾਲ। ਕ੍ਰਿਸ਼ੀ ਹੈਲਪਲਾਈਨ ਚੈਨਲ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਦੋਸਤੋ, ਸਾਡੇ ਨਾਲ ਇਸ ਵਕਤ ਮੌਜੂਦ ਨੇ ਮੇਵਾ ਸਿੰਘ ਜੀ, ਜੋ ਕਿ ਫਤਿਹਗੜ੍ਹ ਸਾਹਿਬ ਤੋਂ ਨੇ ਅਤੇ ਇਹ ਪੰਜਾਬ ਐਂਡ ਸਿੰਧ ਬੈਂਕ 'ਚੋਂ ਚੀਫ ਮੈਨੇਜਰ ਰਹਿ ਚੁੱਕੇ ਨੇ। ਇਸ ਵਕਤ ਰੋਹਣੀ ਦੇ ਮੇਲੇ ਵਿੱਚ ਇਹ ਬੀਜ ਲੈਣ ਆਏ ਨੇ। ਆਓ ਇਹਨਾਂ ਤੋਂ ਜਾਣਦੇ ਹਾਂ ਕਿ PAU ਦੁਆਰਾ ਦੇ ਰਹੇ ਬੀਜ ਇਹਨਾਂ ਨੂੰ ਕਿੰਨੇ ਟਾਈਮ ਤੋਂ ਉਤਪਾਦਨ ਦੇ ਰਹੇ ਨੇ ਅਤੇ ਇਹਨਾਂ ਦੇ ਲਾਭ ਕੀ ਨੇ। ਸਰ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਕ੍ਰਿਸ਼ੀ ਹੈਲਪਲਾਈਨ ਚੈਨਲ 'ਚ। ਧੰਨਵਾਦ ਜੀ। ਸਰ, ਤੁਸੀਂ ਇਸ ਵਕਤ ਰੋਹਣੀ ਦੇ ਮੇਲੇ 'ਚ ਜੋ ਬੀਜ ਲੈਣ ਆਏ ਹੋ ਤਾਂ PAU ਦੇ ਬੀਜ ਹੀ ਕਿਉਂ? ਗੱਲ ਇਸ ਤਰ੍ਹਾਂ ਜੀ, PAU ਦੇ ਜਿਹੜੇ ਬੀਜ ਨੇ ਅਤੇ ਅਸੀਂ ਮੁੱਢ ਕਦੀਮ ਤੋਂ ਹੀ ਵਰਤਦੇ ਹਾਂ। ਮੇਰਾ ਖਿਆਲ ਹੈ ਜਦੋਂ ਤੋਂ ਖੇਤੀ ਕਰਨ ਲੱਗਿਆ ਮੈਂ ਯੂਨੀਵਰਸਿਟੀ ਦੇ ਬੀਜਾਂ ਨਾਲ ਹੀ ਖੇਤੀ ਕਰਦਾ। ਤਕਰੀਬਨ ਹਰ ਛਮਾਹੀ ਅਸੀਂ ਇੱਥੇ ਆਉਂਦੇ ਹਾਂ ਅਤੇ ਇੱਥੋਂ ਸਾਰੇ ਬੀਜ ਲੈ ਕੇ ਜਾਂਦੇ ਹਾਂ। ਜਿਹੜੇ ਕੁਛ ਨਹੀਂ ਲੈਂਦੇ ਤਾਂ ਉੱਥੇ ਲੋਕਲ ਸਾਡੇ ਜਿਹੜਾ ਫਤਿਹਗੜ੍ਹ ਸਾਹਿਬ ਸੈਂਟਰ ਹੈਗਾ ਇਹਨਾਂ ਦਾ ਬਣਿਆ ਹੋਇਆ, ਉੱਥੋਂ ਲੈਂਦੇ ਹਾਂ। ਸਰ, ਤੁਸੀਂ ਕਿੰਨੇ ਏਕੜ 'ਚ ਖੇਤੀ ਕਰਦੇ ਹੋ ਅਤੇ ਕਿਹੜੀਆਂ ਕਿਹੜੀਆਂ ਫਸਲਾਂ ਬੀਜਦੇ ਹੋ? ਸਰ, 10 ਏਕੜ ਦੇ ਵਿੱਚ ਮੈਂ ਆਪਣੀ ਜ਼ਮੀਨ ਹੈ ਜੀ, ਉਹਦੇ 'ਚ ਖੇਤੀ ਕਰਦਾ ਅਤੇ ਕਣਕ ਜੀਰੀ ਮੇਨ ਫਸਲ ਹੈਗੀ ਹੈ। ਪਰ ਕਣਕ ਵੇਲੇ ਤਕਰੀਬਨ 2.5-1 ਕਿੱਲੇ ਅਸੀਂ ਗੋਭੀ ਸਰੋਂ ਬੀਜਦੇ ਹਾਂ ਅਤੇ 1.5 ਏਕੜ ਜਿਹੜਾ ਹੈਗਾ ਅਸੀਂ ਬਰਸੀਨ ਆਦਿ ਬੀਜਦੇ ਹਾਂ। 7-1 ਏਕੜ ਕਣਕ ਬੀਜੀ ਦੀ ਹੈ। ਸਰ, ਪਿਛਲੇ ਸਾਲ ਤੁਸੀਂ ਕਿਹੜੀ ਵਰਾਇਟੀ ਦੀ ਜਿਹੜੀ ਆ ਕਣਕ ਜਾਂ ਫਿਰ ਜੀਰੀ ਲਾਈ ਸੀ ਜੀ? ਅਤੇ ਕਣਕ ਜਿਹੜੀ ਹੈਗੀ ਹੈ ਮੈਂ 869 ਜਿਹੜੀ ਹੈ ਅਤੇ 222 ਲਾਈ ਆ, ਕਿਉਂਕਿ ਇਹ ਸੁਪਰ ਸੀਡਰ ਨਾਲ 869 ਹੈ ਜਿਹੜੀ, ਕਿਉਂਕਿ ਮੈਂ ਕਿੰਨੇ ਹੀ ਸਾਲਾਂ ਤੋਂ ਜੀਰੀ ਦੇ ਜਿਹੜਾ ਲਾਣ ਹੈ ਉਹਨੂੰ ਅੱਗ ਨਹੀਂ ਲਾਉਂਦਾ, ਉਹ ਪਰਾਲ ਨੂੰ ਤੋਂ ਵਿੱਚੇ ਵਾਧੀ ਦੀ ਹੈ। ਉਹ 869 ਜਿਹੜੀ ਹੈਗੀ ਉਹ ਸਭ ਤੋਂ ਸੂਟੇਬਲ ਹੈਗੀ ਹੈ ਇਹਦੇ ਵਾਸਤੇ ਅਤੇ ਬੜਾ ਅੱਛਾ ਝਾੜ ਦਿੰਦੀ ਹੈ। ਔਰ ਜਿਸ ਦਿਨ ਤੋਂ ਮੈਂ ਇਹ ਵਿੱਚ ਵਾਹੁਣੀ ਸ਼ੁਰੂ ਕੀਤੀ ਹੈ ਤਾਂ ਮੇਰੀ ਜ਼ਮੀਨ ਦੀ ਕੁਆਲਿਟੀ ਕਾਫੀ ਹੱਦ ਤੱਕ ਇੰਪਰੂਵ ਹੋ ਗਈ ਹੈ। ਕਣਕ ਦਾ ਇਹ ਔਸਤ ਝਾੜ ਮੇਰਾ 22 ਕੁਇੰਟਲ ਪੈਂਦਾ। 22 ਕੁਇੰਟਲ? ਹਾਂ, ਕਿਸੇ 'ਚ 24 ਹੋ ਗਈ, ਕਿਸੇ 'ਚ 20 ਹੋ ਗਈ। ਕਿੱਥੇ 869 ਜਿਹੜੀ ਹੈਗੀ ਹੈ ਉਹ ਸੁਪਰ ਸੀਡਰ ਜਿਹੜੀ ਆ ਜੀਰੀ ਦੇ ਫਰਾਲ ਦੇ ਵਿੱਚ ਹੈ, ਇਹ ਬਹੁਤ ਹੀ ਵਧੀਆ ਜੰਮਦੀ ਹੈ ਐਜ਼ ਕੰਪੇਅਰ ਟੂ ਅਦਰ ਵਰਾਇਟੀਜ਼। ਅੱਛਾ ਜੀ। ਮੈਂ 222 ਵੀ ਲਾਉਣਾ। ਅੱਛਾ ਜੀ। ਪਰ ਇਹ ਜ਼ਿਆਦਾ ਬੈਟਰ ਹੈ ਅਤੇ ਝਾੜ ਵਧੀਆ ਦਿੰਦੀ ਹੈ। ਮੈਂ ਬਿਲਕੁਲ ਜੁੜਿਆ ਹੋਇਆ ਜੀ, ਮੈਨੂੰ ਖੇਤਾਂ ਨਾਲ ਪਿਆਰ ਹੈ, ਫਸਲਾਂ ਨਾਲ ਪਿਆਰ ਹੈ। ਮੈਂ ਚਾਹੁੰਦਾ ਕਿ ਮਾਡਰਨ ਟੈਕਨੀਕਸ ਦੇ ਨਾਲ ਸਾਡੇ ਬਾਕੀ ਕਿਸਾਨ ਭਰਾ ਹੈ ਜਿਹੜੇ ਉਹ ਵੀ ਇਹਦੇ ਬਾਰੇ ਗਿਆਨ ਪ੍ਰਾਪਤ ਕਰਨ। ਜਿਹੜੀਆਂ ਅਸੀਂ ਅਨਨੈਸੈਸਰੀ ਦੁਕਾਨਦਾਰਾਂ ਦੇ ਪਿੱਛੇ ਲੱਗ ਕੇ ਸਪਰੇਆਂ ਆਦਿ ਕਰਦੇ ਹਾਂ, ਦੇਖੋ ਮੈਂ ਸਭ ਤੋਂ ਘੱਟ ਸਪਰੇਆਂ ਕਰਦਾ, ਦੇਖਾ ਦੇਖੀ ਨਹੀਂ ਕਰ। ਬਿਲਕੁਲ, ਤੁਸੀਂ ਔਰਗੈਨਿਕ ਖੇਤੀ ਦੀ ਗੱਲ ਕਰ ਰਹੇ? ਔਰਗੈਨਿਕ ਨਹੀਂ ਕਰਦਾ ਮੈਂ, ਖੇਤੀ ਦੂਸਰੀ ਕਰਦਾ। ਜਿਵੇਂ ਹੁਣ ਸਾਡੇ ਆਮ ਤੌਰ 'ਤੇ ਧਾਰਨਾ ਚੱਲੀ ਹੋਈ ਹੈ ਕਿ ਜੇ ਫਲਾਣੇ ਨੇ ਢੋਲੀ ਚੱਕ ਲਈ ਸਪਰੇਅ ਕਰਾ ਰਿਹਾ ਤਾਂ ਆਪਾਂ ਵੀ ਕਰਾ ਦਈਏ, ਚਾਹੇ ਮੇਰੀ ਫਸਲ ਬਿਲਕੁਲ ਤੰਦਰੁਸਤ ਹੈ। ਇਹ ਟ੍ਰੈਂਡ ਆ ਚੱਲਿਆ ਹੋਇਆ। ਮੈਂ ਚਾਹੁੰਦਾ ਕਿਸਾਨ ਆਗੂ ਜਿਹੜੇ ਨੇ ਉਹ ਇਹਦੇ ਨਾਲ ਨਾਲ ਆਪਣੀ ਪੜ੍ਹਾਈ ਵੀ ਕਰਨ, ਇਹ ਵੀ ਇੱਕ ਡਾਕਟਰੀ ਹੈ, ਉਹ ਸਿੱਖਣ ਜਿਹੜੀ ਚੀਜ਼ ਦੀ ਉਹਨਾਂ ਨੂੰ ਜ਼ਰੂਰਤ ਹੈ ਉਹ ਦਵਾਈ ਜ਼ਰੂਰ ਵਰਤਣ, ਮਤਲਬ ਦੇਖਾ ਦੇਖੀ ਨਾ ਵਰਤਣ। ਸਰ, ਸਬਜ਼ੀਆਂ ਦੀ ਖੇਤੀ ਤੁਸੀਂ ਕਿੰਨਾ ਟਾਈਮ ਤੋਂ ਕਰ ਰਹੇ ਹੋ? ਸਬਜ਼ੀਆਂ ਦੀ ਖੇਤੀ ਦੇਖੋ ਮੈਂ ਕੋਈ ਵਪਾਰਕ ਪੱਧਰ 'ਤੇ ਤਾਂ ਨਹੀਂ ਕਰਦਾ, ਪਰ ਆਪਣੇ ਘਰ ਵਾਸਤੇ ਅਸੀਂ ਕੋਈ ਕਨਾਲ ਕੁ ਜਗ੍ਹਾ ਰੱਖੀ ਹੋਈ ਹੈ। ਮੌਸਮੀ ਸਬਜ਼ੀਆਂ ਜਿਹੜੀਆਂ ਨੇ ਉਹ ਸਾਰੀਆਂ ਅਸੀਂ ਦੋਨੇ ਫਸਲਾਂ ਦੇ ਵੇਲੇ ਅਸੀਂ ਲਾਉਂਦੇ ਹਾਂ। ਗੋਭੀ ਲਾ ਚੁੱਕੇ ਹਾਂ ਅਤੇ ਬਾਕੀ ਧਨੀਆ, ਮੂਲੀ,
ਸ਼ਲਗਮ ਅਤੇ ਚੁਕੰਦਰ, ਇਹ ਸਾਰਾ ਕੁਛ ਲਾਵਾਂਗੇ ਜੀ। ਮਟਰ ਲਾਵਾਂਗੇ, ਪਾਲਕ ਲਾਵਾਂਗੇ। ਆਹ ਕਿੱਟਾਂ ਲਈਆਂ ਨੇ, ਬਸ ਹੁਣ ਜਾ ਕੇ ਖੇਤ ਤਿਆਰ ਨੇ, ਲਾ ਦੇਣੀਆਂ ਨੇ। ਘਰੇਲੂ ਬਗੀਚੀ ਲਾਈ ਹੋਈ ਹੈ, ਉਹਦੇ ਵਿੱਚ ਹਰ ਕਿਸਮ ਦੇ ਅਸੀਂ ਜਿਹੜੇ ਨੇ ਫਰੂਟ ਲਾਏ ਹੋਏ ਨੇ। ਅਮਰੂਦ ਵੀ ਹੈ, ਫਾਲਸੇ ਵੀ ਨੇ, ਅਤੇ ਕੀਨੋ ਨੇ, ਹੈਂਜੀ, ਅਨਾਰ ਨੇ, ਆਲੂ ਬੁਖਾਰੇ ਨੇ, ਉਹ ਸਾਰੇ ਸਾਡੇ ਲੱਗ ਰਹੇ ਨੇ। ਬਦਾਮ ਨੇ, ਬਦਾਮ ਵੀ ਲੱਗ ਰਿਹਾ ਸਾਡੇ। ਸੇਬ ਸਾਡੇ ਲੱਗਦੇ ਆ ਜੀ, ਸਾਡਾ ਸੇਬ ਲੱਗਦਾ ਜੀ ਉਹ। ਅਤੇ ਪਰ ਜਿਹੋ ਜਿਹਾ ਮੈਂ ਕਹਾਂ ਵੀ ਪਹਾੜੀ ਹੈ, ਉਹਦੇ ਵਰਗਾ ਟੇਸਟ ਨਹੀਂ ਹੁੰਦਾ, ਪਰ ਲੱਗਦਾ ਜ਼ਰੂਰ ਹੈ ਵਧੀਆ। ਸਰ ਮਤਲਬ ਜਿੱਦਾਂ ਕਿ ਇੱਕ ਧਾਰਨਾ ਹੁੰਦੀ ਹੈ ਵੀ ਲੋਕ ਨੇ ਪੰਜਾਬ ਦਾ ਜਿਹੜਾ ਯੂਥ ਹੈ ਉਹ ਕਿਤੇ ਨਾ ਕਿਤੇ ਖੇਤੀ ਤੋਂ ਹਟ ਕੇ ਉਹ ਬਾਹਰ ਨੂੰ ਜਾ ਰਿਹਾ ਅਤੇ ਉਹ ਸਮਝ ਰਿਹਾ ਵੀ ਜਿਹੜਾ ਖੇਤੀ ਹੈ ਉਹ ਲਾਹੇਵੰਦ ਕੀਤਾ ਨਹੀਂ ਰਿਹਾ। ਪਰ ਤੁਸੀਂ ਜਿੱਦਾਂ ਦੇਖਣ ਨੂੰ ਮਿਲ ਰਿਹਾ ਵੀ ਵਧੀਆ ਪੋਸਟ 'ਤੇ ਜੋਬ ਕਰਦੇ ਕਰਦੇ ਵੀ ਤੁਸੀਂ ਖੇਤੀ ਦੇ ਨਾਲ ਜੁੜੇ ਪਏ ਹੋ, ਇਹਦੇ ਬਾਰੇ ਤੁਹਾਡੇ ਕੀ ਵਿਚਾਰ ਨੇ ਜੀ? ਵੇਖੋ ਜੀ, ਸਾਡੇ ਪੰਜਾਬ ਵਾਲਿਆਂ ਦੇ ਖਾਸ ਤੌਰ 'ਤੇ ਇੱਕ ਦਿਮਾਗ ਵਿੱਚ ਜਿਹੜਾ ਕੀੜਾ ਵੜਿਆ ਹੋਇਆ ਬਾਹਰ ਨੂੰ ਵਿਦੇਸ਼ ਜਾਣ ਦਾ, ਜਿਵੇਂ ਕਿ ਸੱਚਾਈ ਇਹ ਹੈ ਕਿ ਕੈਨੇਡਾ ਦੇ ਵਿੱਚ ਸਾਡੇ ਲੱਖਾਂ ਬੱਚੇ ਸੜਕਾਂ 'ਤੇ ਰੁੜ ਰਹੇ ਨੇ, ਅਤੇ ਉੱਥੇ ਜਾ ਕੇ ਕਿਹੜਾ ਸਾਡੇ ਬੱਚਿਆਂ ਨੂੰ ਜੋਬ ਮਿਲਦੇ ਆ? ਅਤੇ ਇੱਥੇ ਅਸੀਂ ਟਰਾਈ ਹੀ ਨਹੀਂ ਕਰਦੇ। ਮਾਂ ਬਾਪ ਵੀ ਇੱਕ ਕਿਸਮ ਦਾ ਜ਼ਮੀਨਾਂ ਗਹਿਣੇ ਕਰ ਕਰਕੇ ਭੇਜ ਰਹੇ ਨੇ, ਜਿਹੜਾ ਕਿ ਬੜਾ ਗਲਤ ਟ੍ਰੈਂਡ ਹੈ, ਅਤੇ ਇਹਨੂੰ ਸੁਧਾਰਨ ਦੀ ਲੋੜ ਹੈ। ਸਾਡੀਆਂ ਬੱਚੀਆਂ ਉੱਥੇ ਰੁੜ ਰਹੀਆਂ ਨੇ, ਸਾਡੇ ਬੱਚੇ ਤਕਰੀਬਨ ਰੋਜ਼ ਹੀ ਕਿਸੇ ਨਾ ਕਿਸੇ ਮੌਤ ਦੀ ਖਬਰ ਆ ਜਾਂਦੀ ਹੈ, ਕੋਈ ਸੁਸਾਈਡ ਕਰਦਾ ਹੈ। ਤੋ ਇਹ ਟ੍ਰੈਂਡ ਨੂੰ ਨਾ ਇੱਕ ਸਮਾਜਿਕ ਪੱਧਰ 'ਤੇ ਰੋਕਣ ਦੀ ਜ਼ਰੂਰਤ ਹੈ। ਇੱਥੇ ਉਹਨਾਂ ਨੂੰ ਜੋਬ ਓਰੀਐਂਟਡ ਬਣਾਉਣ ਦੀ ਜ਼ਰੂਰਤ ਹੈ, ਉਹਨੂੰ ਸਮਝਾਉਣ ਦੀ ਜ਼ਰੂਰਤ ਹੈ, ਉਹਨਾਂ ਨੂੰ ਅੱਗੇ ਲੱਗ ਕੇ ਕੰਮ ਸ਼ੁਰੂ, ਨਵੇਂ ਕੰਮ ਸ਼ੁਰੂ ਕਰਾਉਣ ਦੀ ਜ਼ਰੂਰਤ ਹੈ। ਅਸੀਂ 30 ਲੱਖ ਰੁਪਇਆ ਲਾ ਕੇ ਬੱਚੇ ਨੂੰ ਬਾਹਰ ਭੇਜਦੇ ਹਾਂ, ਜਿਹਦਾ ਕਿ ਫਿਊਚਰ ਅਨਸਰਟਨ ਹੈ ਉੱਥੇ ਜਾ ਕੇ ਵੀ। ਅਸੀਂ ਇੱਥੇ 15 ਲੱਖ ਰੁਪਇਆ ਲਾ ਕੇ ਉਹਨੂੰ ਜੇ ਕੋਈ ਧੰਦਾ ਕਰਾ ਕੇ ਟਰਾਈ ਕਰੀਏ ਤਾਂ ਮੈਂ ਸਮਝਦਾ ਕਿ ਜੇ ਜ਼ਿਆਦਾ ਨਹੀਂ ਤਾਂ ਅੱਧ ਪੱਜਦ ਅਸੀਂ ਇਸ ਨੂੰ ਠੱਲ ਪਾ ਸਕਾਂਗੇ। ਕੀ ਵਾਕਈ 'ਚ ਖੇਤੀ ਲਾਹੇਵੰਦ ਕੀਤਾ ਨਹੀਂ ਹੈ ਜਾਂ ਫਿਰ ਇਹ ਇੱਕ ਅਫਵਾਹ ਹੀ ਹੈ ਜੀ? ਗੱਲ ਜੀ, ਇਹ ਬਿਲਕੁਲ ਅਫਵਾਹ ਹੈ। ਸਾਡੇ ਲਈ ਤਾਂ ਜਿਹੜਾ ਹੈਗਾ ਕਦੇ ਵੀ ਘਾਟੇ ਦਾ ਬਣ 'ਚ ਨਹੀਂ ਰਿਹਾ, ਬਾਕੀ ਥੋੜ੍ਹਾ ਬਹੁਤ ਆ ਮੌਸਮ ਦੇ ਹਿਸਾਬ ਨਾਲ ਉਤਰਾਅ ਚੜ੍ਹਾਅ ਆਉਂਦੇ ਰਹਿੰਦੇ ਨੇ। ਕਿ ਮੈਨੇਜਮੈਂਟ ਅਸੀਂ ਆਪ ਸੁਪਰਵੀਜ਼ਨ ਕਰਦੇ ਹਾਂ ਡੇਲੀ, ਖੇਤਾਂ ਦੇ 2 ਟਾਈਮ ਚੱਕਰ ਲਾਈਦੇ ਆ, ਸੁਬਹਾ ਵੀ ਸ਼ਾਮ ਵੀ, ਅਤੇ ਜਿਹੜੇ ਕੰਮ ਕਰਨ ਦੀ ਜ਼ਰੂਰਤ ਹੈ ਉਹ ਕਰੀਦੇ ਆ। ਸਾਰੀ ਜ਼ਮੀਨ ਅੰਡਰਗਰਾਊਂਡ ਪਾਈਪਿੰਗ ਸਿਸਟਮ ਨਾਲ ਰੱਖੀ ਹੋਈ ਹੈ, ਇਹਦੇ ਨੇੜੇ ਵਧੀਆ ਬੀਜ ਲੈਣ ਨਾਲ ਗੱਲ ਨਹੀਂ ਬਣਦੀ। ਉਹਨੂੰ ਨਾਲ ਦੀ ਨਾਲ ਇਹ ਹੈਗਾ ਕਿ ਤੁਹਾਡੀ ਮੈਨੇਜਮੈਂਟ ਵੀ, ਤੁਹਾਡੀ ਲੁੱਕ ਆਫਟਰ ਵੀ ਜਿਹੜੀ ਹੈਗੀ ਹੈ ਫਸਲ ਦੀ, ਉਹ ਵਧੀਆ ਹੋਣੀ ਚਾਹੀਦੀ। ਮੇਰਾ ਪਰਿਵਾਰ ਜਿਹੜਾ ਹੈ ਜੀ ਉਹ ਸ਼ੁਰੂ ਤੋਂ ਖੇਤੀ ਹੀ ਕਰਦੇ ਸੀ ਸਾਡੇ ਪੁਰਖੇ। ਅੱਛਾ ਜੀ। ਅਤੇ ਲੇਕਿਨ ਮੈਂ ਇੱਕ ਪਿੰਡ 'ਚੋਂ ਉੱਠ ਕੇ ਪੋਸਟ ਗ੍ਰੈਜੂਏਸ਼ਨ ਕੀਤੀ ਪੰਜਾਬੀ ਯੂਨੀਵਰਸਿਟੀ ਤੋਂ, ਔਰ ਮੈਂ ਖੇਡਾਂ ਦੇ ਵਿੱਚ ਵੀ ਨਾਮਣਾ ਖੱਟਿਆ, ਆਲ ਇੰਡੀਆ ਯੂਨੀਵਰਸਿਟੀ ਤੱਕ ਮੈਂ ਖੇਡਿਆ ਵੀ, ਫਸਟ ਕਲਾਸ ਦੇ ਵਿੱਚ ਪੋਸਟ ਗ੍ਰੈਜੂਏਸ਼ਨ ਕੀਤੀ। ਅੱਛਾ ਜੀ। ਇਕਨੋਮਿਕਸ ਦੀ ਪੰਜਾਬੀ ਯੂਨੀਵਰਸਿਟੀ ਤੋਂ 77 ਦੇ ਵਿੱਚ। ਠੀਕ ਹੈ। ਉਦੋਂ ਵੀ ਘਰਦਿਆਂ ਦੀ ਹੈਲਪ ਕਰਾਈ ਦੀ ਸੀ, ਫਿਰ ਸ਼ੌਕ ਹੋ ਗਿਆ, ਅਤੇ ਜਦੋਂ ਯੂਨੀਵਰਸਿਟੀ ਤੋਂ ਨਿਕਲਦੇ ਸਾਰ ਸਾਨੂੰ ਨੌਕਰੀ ਮਿਲ ਗਈ। ਨੌਕਰੀ ਤਕਰੀਬਨ ਮੈਂ 24 ਸਾਲ ਚੰਡੀਗੜ੍ਹ ਕੀਤੀ ਹੈ, ਅਤੇ ਨੇੜੇ ਤੇੜੇ 2 ਸਾਲ ਬਾਹਰ ਜਾਣਾ ਪਿਆ ਸੀਗਾ ਨਾਗਾਲੈਂਡ। ਅੱਛਾ ਜੀ। ਅਤੇ ਉਦੋਂ ਵੀ ਫਿਰ ਟੈਲੀਫੋਨ 'ਤੇ ਇਨ ਟੱਚ ਰਹਿੰਦੇ ਸੀਗੇ, ਅਤੇ ਉਦੋਂ ਇੰਸਟਰਕਸ਼ਨਾਂ ਦੇ ਕੇ ਉਦੋਂ ਖੇਤੀ ਕਰਵਾਈ ਦੀ ਸੀ, ਛੱਡੀ ਨਹੀਂ ਕਦੇ ਪਰਿਵਾਰ ਨੇ। ਜਦ ਤੱਕ ਖੇਤ 'ਚ ਨਾ ਬੈਠੀਏ ਉਦੋਂ ਤੱਕ ਮਨ ਨੂੰ ਸਕੂਨ ਨਹੀਂ ਮਿਲਦਾ। ਬੜੇ ਵਧੀਆ ਸਾਡੇ ਪੇੜ ਲਾਏ ਹੋਏ ਨੇ, ਬੈਠਣ ਲਈ ਜਗ੍ਹਾ ਬਣਾਈ ਹੋਈ ਹੈ ਹੈਂਜੀ, ਅਤੇ 4 ਕੁਰਸੀਆਂ ਵੀ ਰੱਖੀਆਂ ਹੋਈਆਂ ਨੇ ਬੈਠਣ ਲਈ, ਅਤੇ ਵਧੀਆ ਟਿਕਾਣਾ ਬਣਾਇਆ ਹੋਇਆ। ਉੱਥੇ ਬੈਠ ਕੇ ਹੀ ਸਕੂਨ ਮਿਲਦਾ, ਠੰਡੀ ਹਵਾ, ਉੱਪਰ ਤੋਂ ਛਾਂ। ਹਾਂਜੀ ਸਰ, ਕਹਿੰਦੇ ਨੇ ਵੀ ਜਿਹੜਾ ਮੱਕੀ ਹੈ ਉਹਦੇ ਪ੍ਰੋਪਰ MSP ਨਹੀਂ ਮਿਲਦਾ ਜਾਂ ਅਸੀਂ ਬੀਜਦੇ ਨਹੀਂ, ਉਹਦੇ ਬਾਰੇ ਕੀ ਵਿਚਾਰ ਹੋਣੇ ਜੀ? ਮੱਕੀ ਅਸੀਂ ਵੀ ਬੀਜਦੇ ਹਾਂ ਕੀਲਾ ਖੰਡ,
ਤੁਸੀਂ ਬਾਕੀ ਤੁਸੀਂ ਜਿਹੜਾ ਸਵਾਲ ਪੁੱਛੋ ਠੀਕ ਹੈ ਅਤੇ ਕਹਿਣ ਨੂੰ ਸਰਕਾਰਾਂ ਦੀਆਂ ਗੱਲਾਂ ਕੁਛ ਹੋਰ ਨੇ ਅਤੇ ਪਰ ਸੱਚਾਈ ਇਹੀ ਹੈ ਕਿ ਸਾਨੂੰ ਸਰਕਾਰਾਂ ਐਲਾਨ ਕਰੀ ਜਾਂਦੀਆਂ ਨੇ ਪਰ ਦਿੰਦੀਆਂ ਨੇ ਆਹ ਮੂੰਗੀ ਬੀਜਣਾ ਮੈਂ ਇੱਕ ਏਕੜਾ ਹੁਣ ਗੋਭੀ ਸਰੋਂ ਵੱਢ ਕੇ ਇੱਕ 2 ਕਿੱਲੇ ਜਿਹੜੇ ਹੈਗੇ ਅਸੀਂ ਮੂੰਗੀ ਦੇ ਬੀਜਦੇ ਹਾਂ ਉਹ ਐਵੇਂ ਸਰਕਾਰ ਕਹਿੰਦੀ ਹੈ ਜੀ ਤੁਸੀਂ ਮੂੰਗੀ ਬੀਜੋ ਅਸੀਂ ਖਰੀਦਾਂਗੇ ਪਰ ਕਿਸੇ ਨੇ ਨਹੀਂ ਸਾਡੀ ਖਰੀਦੀ ਬਾਜ਼ਾਰੀ ਮੁੱਲ 'ਤੇ ਵੇਚਣੀ ਪੈਂਦੀ ਹੈ ਜਿਹੜੀ ਕਿ ਬੜੇ ਘੱਟ ਰੇਟ 'ਤੇ ਲੈਂਦੇ ਨੇ ਆੜ੍ਹਤੀ ਹੈ ਸ਼ੋਸ਼ਣ ਕਰਦੇ ਨੇ ਸਾਡਾ ਕਿਸਾਨਾਂ ਦਾ ਸਰਕਾਰਾਂ ਝੂਠ ਬੋਲਦੀਆਂ ਨੇ ਕਿਸਾਨਾਂ ਨਾਲ ਸਰਕਾਰਾਂ ਜਿਹੜੀ ਗੱਲ ਕਹਿੰਦੀਆਂ ਨੇ ਉਨੀ ਕੁ ਗੱਲ ਕਹਿਣੀ ਚਾਹੀਦੀ ਜਿੰਨੀ ਕੁ ਪੂਰੀ ਚੜ੍ਹਾ ਸਕਣ ਅਗਰ ਉਹ ਕਹਿੰਦੇ ਕਿ ਅਸੀਂ MSC ਫਲਾਣੀ ਫਸਲ 'ਤੇ ਦੇਵਾਂਗੇ ਤਾਂ ਉਹਨਾਂ ਨੂੰ ਪਰਚੇਜ਼ ਦਾ ਪ੍ਰਬੰਧ ਕਰਨਾ ਚਾਹੀਦਾ ਹੁਣ ਮੂੰਗੀ ਦੀ ਉਹ ਗੱਲ ਹੈ ਪੰਜਾਬ ਦੇ ਮੁੱਖ ਮੰਤਰੀ ਨੇ ਕਿੰਨੀ ਵਾਰ ਕਿਹਾ ਸੀ ਮੂੰਗੀ ਖਰੀਦਾਂਗੇ ਪਰ ਕੋਈ ਸਰਕਾਰ ਇੱਕ ਦਾਣਾ ਵੀ ਕਦੇ ਖਰੀਦਣ ਨਹੀਂ ਆਈ ਤਾਂ ਸਰਕਾਰਾਂ ਨੂੰ ਚਾਹੀਦਾ ਕਿਸਾਨਾਂ ਦੀ ਬਾਂਹ ਫੜਨ ਆ ਕੇ ਇਹ ਜਿਹੜਾ ਧੰਦਾ ਇਹਦੇ ਵਿੱਚ ਅਸੀਂ ਆਪਣੀ ਯੂਥ ਨੂੰ ਲਾ ਸਕੀਏ ਅਸੀਂ ਆਪਣੇ ਉਪਜੀਵਿਕਾ ਕਮਾ ਸਕੀਏ ਖੇਤੀਬਾੜੀ ਨਾਲ ਸੰਬੰਧਿਤ ਸਰ ਕਿਹੜਾ ਮੈਸੇਜ ਦੇਣਾ ਚਾਹੋਗੇ ਨਹੀਂ ਖੇਤੀਬਾੜੀ ਤਾਂ ਮੈਂ ਇਹ ਕਹਿਣਾ ਵੀ ਇਹ ਬਹੁਤ ਹੀ ਲਾਹੇਵੰਦ ਔਰ ਇੰਟਰਸਟਿੰਗ ਧੰਦਾ ਅਤੇ ਇਹਦੇ ਵਿੱਚ ਕੋਈ ਟਾਈਮ ਦੀ ਵੀ ਬਹੁਤ ਜ਼ਿਆਦਾ ਪਾਬੰਦੀ ਨਹੀਂ ਹੈਗੀ ਤੁਸੀਂ ਆਪਣੇ ਹਿਸਾਬ ਨਾਲ ਮੈਨੇਜ ਕਰ ਸਕਦੇ ਹੋ ਟਾਈਮ ਅਤੇ ਇਸ ਕਰਕੇ ਕਿਸਾਨਾਂ ਨੂੰ ਸਾਨੂੰ ਖੇਤੀ ਵੱਲ ਜ਼ਰੂਰ ਜਾਣਾ ਚਾਹੀਦਾ ਔਰ ਬੱਚਿਆਂ ਨੂੰ ਵੀ ਲਾਉਣਾ ਚਾਹੀਦਾ ਪਿੱਛੇ ਸਾਡੇ ਬੱਚੇ ਕਹਿ ਦਿੰਦੇ ਨੇ ਜੀ ਅਸੀਂ ਬਾਹਰ ਜਾ ਕੇ ਕੰਮ ਕਰ ਲਾਂਗੇ ਇੱਥੇ ਖੇਤੀ ਦਾ ਕੰਮ ਨਹੀਂ ਹੁੰਦਾ ਉਹ ਇੱਕ ਗਲਤ ਧਾਰਨਾ ਜਿਹੜੀ ਕਿ ਸਾਨੂੰ ਆਪਣੇ ਬੱਚਿਆਂ ਦੇ ਮਨਾਂ ਵਿੱਚੋਂ ਕੱਢਣੀ ਪਏਗੀ ਮੈਂ ਜੀਰੀ ਦੀ 126 ਅਤੇ 131 PR ਕਿਸਮਾਂ PAU ਦੀਆਂ ਲਾ ਰਹੇ ਮੇਰਾ ਔਸਤ ਝਾੜ ਜੀ 33 ਤੋਂ 35 ਕੁਇੰਟਲ ਦੇ ਵਿੱਚ ਆ ਰਿਹਾ ਪਿਛਲੇ ਤਕਰੀਬਨ 8-9 ਸਾਲ ਦਾ ਮੂੰਗੀ ਮੇਰੀ ਬਹੁਤ ਵਧੀਆ ਹੋ ਜਾਂਦੀ ਹੈ ਅਤੇ ਤਕਰੀਬਨ 8 ਕੁਇੰਟਲ 7-8 ਕੁਇੰਟਲ ਹੋ ਜਾਂਦੀ ਹੈ ਪਿੱਛੇ ਗੋਭੀ ਸਰੋਂ ਵੀ ਤਕਰੀਬਨ 10 ਕੁਇੰਟਲ ਤੱਕ ਝੜਾਉਂਦੀ ਹੈ ਹਾਂ ਜਿਹੜੀ GS7 ਦੇ ਬੀਜ ਮੇਰੇ ਹੱਥ 'ਚ ਦੇਖ ਰਹੇ ਹੋ ਤੁਸੀਂ ਇਹੀ ਵਰਾਇਟੀ ਲਓ ਪਰ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਇੰਨੀ ਵੈਲਿਊਏਬਲ ਜਾਣਕਾਰੀ ਸਾਡੇ ਦਰਸ਼ਕਾਂ ਨੂੰ ਦੇਣ ਲਈ ਜੀ ਧੰਨਵਾਦ ਜੀ ਤੁਹਾਡਾ ਵੀ